ਥੋੜਾ ਜਿਹਾ ਅਗਾਂਹ ਤੁਰਨ ਤੋਂ ਬਾਅਦ ਬੰਦਾ ਜੀ ਨੂੰ ਇੱਕ ਵਪਾਰੀ ਮਿਲਿਆ ਜਿਹੜਾ ਗੁਰੂ ਸਾਹਿਬ ਦਾ ਮੁਰੀਦ ਸੀ ਤੇ ਗੁਰੂ ਜੀ ਨੂੰ ਦਸਵੰਦ ਦੇਣ ਲਈ ਜਾ ਰਿਹਾ ਸੀ। ਜਦ ਵਪਾਰੀ ਨੂੰ ਬੰਦਾ ਜੀ ਤੋਂ ਗੁਰੂ ਸਾਹਿਬ ਦੇ ਅਕਾਲ ਚਲਾਣੇ ਦੀ ਖ਼ਬਰ ਮਿਲੀ ਤਾਂ ਉਸਨੇ ਸਾਰਾ ਦਸਵੰਦ ਬਾਬਾ ਜੀ ਨੂੰ ਫੜਾ ਦਿੱਤਾ ਤੇ ਬਾਬਾ ਜੀ ਨੇ ਉਹ ਸਾਰਾ ਧਨ ਆਪਣੇ ਸਿੰਘਾਂ ਵਿੱਚ ਵੰਡਤਾ। ਸਾਨੂੰ ਹਰ ਪਾਸੋਂ ਧਿਆਨ ਨਾਲ ਨਿਕਲਣਾ ਪਵੇਗਾ, ਦੁਸ਼ਮਣ ਕਿਤੇ ਵੀ ਮਿਲ ਸਕਦਾ ਹੈ।
बंदा जी जत्थे समेत हिसार दे नेड़े बांगर पिंड पुजे। उस समय डाकियां दे डर तों पिंड वाले पिंड छड़ के जाण दियां तैयारियां विच सन। बाबा जी ने पिंड वालियां नूं हौसला दे के सिंघां नूं डाकुआं नाल मुकाबले लई तैयार कीता।